रचना पवित्र करिए
अपने हम किए हुए कार्यों सफल करना है। ये किस तरह सफल होने नहीं कार्य जदों भी समय के मालक की मोहर लगती है, समय के सतगुरु की मोहर लगती है, तो संसार में फिर वो कार्य जो सफल होते देखे गए। जे कार्य सफल होते देखे गए तो फिर मनुख का जन्म भी सफल होता देखा गया। आओ अपने इन्हों मनुखी कार्यों को सफल करिए, इस मनुखी जाने सफल करिए। उस सतगुरु याद करना है, कैसा है वो सतगुरु, कितना ताकतवर है, कितना शक्तिशाली है। एक कवि सतगुरु जी सिर्फ लिखता है, तेरा नाम लिया तेरा पार होया,
ਜਦੋਂ ਵੀ 8-10 ਸੱਜਣ ਇਕੱਠੇ ਹੁੰਦੇ ਨੇ ਤੇ ਉਸ ਇਕੱਤਰਤਾ ਦਾ ਕੋਈ ਖਾਸ ਮਹੱਤਵ ਬਣਿਆ ਹੁੰਦਾ ਹੈ। ਐਵੇਂ ਨਹੀਂ ਉਹ ਇਕੱਤਰਤਾਵਾਂ ਹੁੰਦੀਆਂ ਜੋ ਅੱਜ ਦੀ ਜਿਹੜੀ ਇਕੱਤਰਤਾ ਅਸੀਂ ਸਾਰੇ ਇਕੱਠੇ ਹੋਏ ਹਾਂ ਉਹਨੇ ਸਾਡੇ ਵਿੱਚੋਂ ਤੇ ਪਰਿਵਾਰ ਵਿੱਚੋਂ ਤੇ ਇਸ ਸੰਸਾਰ ਦੇ ਵਿੱਚੋਂ ਸੰਤ ਜਸਵੰਤ ਸਿੰਘ ਜੀ ਆਲੇ ਵਾਲੇ ਜਿਹਨਾਂ ਦੇ ਨਾਂ ਅਸੀਂ ਜਾਣਦੇ ਹਾਂ ਉਹ ਇਸ ਸੰਸਾਰ ਤੋਂ ਪਿਆਰਾ ਕਰ ਰਹੇ ਨੇ। ਉਹਨਾਂ ਦੀ ਅੰਤਿਮ ਅਰਦਾਸ ਵਾਸਤੇ ਉਹਨਾਂ ਦੇ ਜੀਵ ਦੇ ਕਲਿਆਣ ਵਾਸਤੇ ਸਾਰੀ ਸਾਧ ਸੰਗਤ ਇਕੱਠੀ ਹੋਈ ਇੱਥੇ। ਸੰਸਾਰ ਦੇ ਵਿੱਚ ਜੀਵਨ ਮਿਲਦਾ ਹੈ ਤੇ ਜੀਵਨ ਦੇ ਨਾਲ ਫਿਰ ਅਕਾਲ ਪੁਰਖ ਨੇ ਨਾਲ ਮਰਨਾ ਵੀ ਦੱਸਿਆ ਹੈ। ਪੰਜ ਤੱਤ ਦਾ ਸਰੀਰ ਲੈ ਕੇ ਆਏ ਸਨ। ਕਦੋਂ ਆਏ ਸਨ? ਅੱਜ ਤੋਂ 96 ਸਾਲ ਪਹਿਲਾਂ। ਉਹ ਪੰਜ ਤੱਤ ਜੁੜੇ ਨੇ ਹਵਾ ਪਾਣੀ ਅਗਨੀ ਆਕਾਸ਼ ਤੇ ਧਰਤੀ। ਇਹ ਚੀਜ਼ਾਂ ਜਦੋਂ ਜੁੜਦੀਆਂ ਤਾਂ ਫਿਰ ਸਰੀਰ ਬਣਦਾ ਹੈ। ਅੱਜ ਤੋਂ 96 ਸਾਲ ਪਹਿਲਾਂ ਉਹ ਸਰੀਰ ਬਣਿਆ ਤੇ ਸੰਸਾਰ ਚ ਆ ਗਏ ਨੇ, ਜੀਵਨ ਬਣ ਗਿਆ। ਜੇ ਅੱਜ ਆ ਪਿਛਲੇ ਇਤਵਾਰ 21 ਤਰੀਕ ਨੂੰ ਉਹ ਪੰਜ ਤੱਤ ਬਿਖਰ ਗਏ ਨੇ ਤੇ ਲੀਨ ਹੋ ਗਏ ਨੇ, ਹੁਣ ਮਿੱਟੀ 'ਚ ਮਿੱਟੀ ਹੋ ਗਏ ਨੇ। ਪਰ ਸੰਸਾਰ ਦੀ ਇੱਕ ਮਰਿਆਦਾ ਹੈ, ਕੋਈ ਕਹਿੰਦਾ ਮਰ ਗਿਆ, ਕੋਈ ਕਹਿੰਦਾ ਚੜ੍ਹਾਈ ਕਰ ਗਿਆ। ਗੁਰਬਾਣੀ ਇਸ ਦੇ ਨਾਲ ਕੋਈ ਸੰਬੰਧ ਨਹੀਂ ਰੱਖਦੀ। ਸੋ ਜਸਵੰਤ ਸਿੰਘ ਜੀ ਆਲੇ ਵਾਲੇ ਸਰੀਰ ਲੈ ਕੇ ਆਏ ਸਨ ਅੱਜ ਤੋਂ 96 ਸਾਲ ਪਹਿਲਾਂ, ਤੇ ਜੇ ਸਰੀਰ ਮਿਲਿਆ, ਜੀਵਨ ਮਿਲਿਆ ਤੇ ਨਾਲ ਫਿਰ ਮਰਨਾ ਵੀ ਉਹਦੇ ਲਿਖਿਆ ਹੋਇਆ ਸੀ। ਕਿਉਂਕਿ ਮਰਨ ਤੋਂ ਬਿਨਾਂ ਗਤੀ ਨਹੀਂ ਇਸ ਸੰਸਾਰ ਦੇ ਵਿੱਚ ਵੀ। ਜੀਵਨ ਮਿਲਿਆ ਤੇ ਮਰਨਾ ਹਮੇਸ਼ਾ ਹੀ ਹੋਵੇਗਾ। ਇਹ ਹੋ ਹੀ ਨਹੀਂ ਸਕਦਾ ਕਿ ਮਰਨਾ ਨਾ ਹੋਵੇ, ਕਿਉਂਕਿ ਸੰਸਾਰ ਜਿਹੜਾ ਹਮੇਸ਼ਾ ਦੋ ਸ਼ਕਤੀਆਂ ਤੋਂ ਚੱਲਦਾ ਆਇਆ। ਇੱਕ ਸ਼ਕਤੀ ਪ੍ਰਧਾਨ ਨਹੀਂ ਰਹੀ, ਉਹਦੇ ਨਾਲ ਚੱਲ ਹੀ ਨਹੀਂ ਸਕਿਆ ਸੰਸਾਰ। ਦੋ ਸ਼ਕਤੀਆਂ ਨਾਲ ਸੰਸਾਰ ਚੱਲਿਆ। ਜੇ ਪੰਜ ਤੱਤ ਦਾ ਸਰੀਰ ਲੈ ਕੇ ਆਏ ਸਨ, ਜੀਵਨ ਮਿਲਿਆ ਤੇ ਫਿਰ ਮਰਨਾ ਵੀ ਨਾਲ ਲਿਖਿਆ। ਸੰਸਾਰ ਜਿਹੜਾ ਮੇਰਾ ਜੀਵਨ ਨਾਲ ਨਹੀਂ ਬਣਿਆ ਦੇਖਿਆ, ਮਰਨਾ ਵੀ ਨਾਲ ਲਿਖਿਆ, ਤਾਂ ਸੰਸਾਰ ਚੱਲਦਾ। ਤੇ ਜੇ ਕਿਤੇ ਸੰਸਾਰ ਚ ਹੱਸਣਾ ਮਿਲੇ ਤੇ ਫਿਰ ਉਹਦੇ ਨਾਲ ਰੋਣਾ ਵੀ ਨਾਲ ਮਿਲੇਗਾ। ਇਹ ਹੋ ਹੀ ਨਹੀਂ ਸਕਦਾ ਕਿ ਇੱਕ ਚੀਜ਼ ਪ੍ਰਧਾਨ ਰਹੇ ਸੰਸਾਰ ਵਿੱਚ। ਦੋਨੋਂ ਸ਼ਕਤੀਆਂ, ਦੋਨੋਂ ਵਿਪਰੀਤ ਸ਼ਕਤੀਆਂ ਆਪਸ ਵਿੱਚ ਚੱਲਦੀਆਂ ਨੇ ਸੰਸਾਰ ਵਿੱਚ। ਆਦਰ ਵੇਦ ਬਿਰਾਦਰ ਵੀ ਮਿਲੇਗਾ, ਜੇ ਸੁੱਖ ਵੇਦ ਦੁੱਖ ਵੀ ਮਿਲੇਗਾ। ਗੁਰਮੁਖ ਬਣਾਏ ਨੇ ਤੇ ਫਿਰ ਮਨਮੁਖ ਵੀ ਸੰਸਾਰ ਚ ਬਣਾਏ ਨੇ ਉਸ ਪਰਮਾਤਮਾ ਨੇ ਅਕਾਲ ਪੁਰਖ ਨੇ। ਹੁਣ ਸਰੀਰ ਲੈ ਕੇ ਜਦੋਂ ਪਰਾਲੀ ਆਉਂਦਾ ਹੈ ਉਦੋਂ ਨਵਾਂ ਬਣ ਜਾਂਦਾ, ਸਮਾਂ ਨੂੰ ਨਵਾਂ ਬਣਾ ਦਿੰਦਾ। ਤੇ ਜੇ ਸਰੀਰ ਚਲੇ ਗਿਆ ਤੇ ਉਹ ਪੁਰਾਣਾ ਬਣ ਜਾਂਦਾ। ਸਮਾਂ ਉਜਾਗਰ ਕਰਦਾ ਹੈ, ਸਮਾਂ ਪ੍ਰਗਟ ਕਰਦਾ ਹੈ। ਉਹ ਪ੍ਰਾਣੀ ਹੁੰਦਾ ਹੈ, ਆਉਂਦਾ ਤੇ ਨਵਾਂ ਹੋ ਜਾਂਦਾ, ਜਾਂਦਾ ਤੇ ਪੁਰਾਣਾ ਹੋ ਜਾਂਦਾ। ਸਮਾਂ ਉਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ, ਉਹ ਚੱਲਦਾ ਰਹਿੰਦਾ। ਸਮੇਂ ਦੀ ਬਾਬਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਦਸਤੂ ਬਾਣੀ ਚ ਲਿਖਦੇ ਨੇ। ਕਹਿੰਦੇ ਨੇ ਕਾਲ ਕਾਇ ਬ੍ਰਹਮਾ ਪਤਰਾ ਬ੍ਰਹਮਾ ਜੀ ਆਏ ਸਨ ਸੰਸਾਰ ਦੀ ਉਤਪਤੀ ਕੀਤੀ ਹੈ। ਸਭ ਤੋਂ ਵੱਡੇ ਮੰਨੇ ਗਏ ਨੇ ਬ੍ਰਹਮਾ ਜੀ।
संसार में सब तो पहला आया सर, पर समय ने ब्रह्मा जी को बढ़ाया, ब्रह्मा जी समय को नहीं बढ़ा सके। फिर विष्णु महाराज आए थे, फिर सिद्धि महाराज आए थे, पर समय ने ना आए थे, एक अच्छे नहीं आए, एक कर लिया तो फिर दूसरा आया संसार में। तमाशा बना के रखता है कितने, क्योंकि आवर जावर देर लगाया और क्या कारीगरी की माया, औरा जाना लगा रहता है, कोई रहा है, कोई जा रहा है, कोई जम रहा है, कोई मर रहा है, तमाशा बना के रखता है। गुरु गोविंद सिंह जी पाशा आप अपनी गुरबाणी के कितने अब देखने आयो परमात्मा अकाल पुरख ने जो रीत बनाई है, वे जोड़ियां भी सदा संग ही रह सकती हैं।
जाना पाना चाहते थे ना एक दिन कभी कोई स्थिर नहीं रह सके थे। फिर उनके महात्मा ने एक दिन कहा आया वक्त राजे रानिया थे आया वक्त राजे रानिया थे तो बादशाह की हो जाना पड़ेगा खाना तो पीना पड़ेगा। पाप दो शक्तियां संसार के विच अकाल पुरख ने चलाई है और दोनों फिर विपरीत चलदियां पड़ियां ने एक आ रहा है एक जा रहा है दोनों दिशावां जिहड़ियां ने वो लै लै रहे ने। इसे तरह ही मनमुख बनाए ने गुरमुख बनाए ने संसार उसने बनाए हुए पर जीवन बड़ा अंतर है। मनमुख का जीवन कुछ होर तरह दसाया गया है गुरमुख का जरा जीवन कुछ होर तरह दसाया गया है। मनमुख की करता है दुराचारी लोग जो होते हैं अपन मर्जियां करते हैं सदाचारी जो लोग होंगे गुरमुख बनाया गुरमुख सुभाव के बड़े होंगे सुभाव सतगुरु मुख रख के काम करते हैं। दुराचारी जो मनमुख लोग मूर्ख लोग जो आख्या गया है वो अपन मन मर्जियां करते हैं। मनमुख जो अपन मन मर्जियां करता है फिर वो अखा से अंधेरा आया होंगे क्योंकि मैं उसके अंदर छाई होंगी है लोगों के अत्याचार करना हर तरफ हेरा फेरियां कर दिया मानता का पढ़ाई किया जीवन किस तरह गुजारना है किस तरह सफल करना है की करना आना है इतने जो मनमुख किस तरह के होंगे उन्होंने समझाया महात्मा किस तरह के Oh,
जाया है। महात्मा कहते रहे ओ मूर्खा, लेकिन ये अखा बंद करके ना संसार दे विच तुरया फिरे। रब ने तेनू अखियां दित्तियां है, एक एक अख लखा दे मुल दिया। पर नहीं, वो अपनी मन मर्जियां करता है, क्योंकि मूर्ख आख्या है ना संसार से बहुत विपरीत शक्तियां चलदियां ने। जे गुरु भी चलता है ते मनमुख भी चलता है, वो समझ नहीं सकता कभी। जे समझ गया ते गुरु बन गया। सो ऐसा ना मनमुख हर्ब कंट्रियां च, उज़्बेकिस्तान का एक शहर है बुखारा, छोटा जहा परमात्मा दवा मनमुख का हर कंट्रिया च बुखारा शहर दसाया गया। उज़्बेकिस्तान च अजकल उज़्बेकिस्तान आते हैं, उतों का एक राजा होया, बड़ा ही दुराचारी सी, लोगों से बड़ा अत्याचार करता सी, नशे का आश्रम में। पर कर्मा च लिखा से जो भोग लिया से राजभाग, इनू परमात्मा ने मत नहीं सी दिती। पर ये दरबार के बीच एक अदासी सी, नंबर आई से भी ਉਹਨੂੰ ਰੱਬ ਨੇ ਅੱਖਾਂ ਦਿੱਤੀਆਂ ਹੋਈਆਂ ਸਨ। ਇਹਦਾ ਕੰਮ ਸੀ ਵੀ ਰੋਜ਼ ਨਵੀਆਂ ਨਵੀਆਂ ਨੌਕਰਾਣੀਆਂ ਕੋਲੋਂ ਆਪਣਾ ਪ੍ਰੰਗ ਸਜਵਾਇਆ ਕਰਦਾ ਸੀ, ਸੇਜ ਸਜਵਾਇਆ ਕਰਦਾ ਸੀ। ਕਾਹਦੇ ਨਾਲ? ਕਮ ਸੇ ਕਮ ਉੱਥੇ ਸਵਾ ਮਨ ਜਿਹੜਾ ਫੁੱਲ ਸੇਜ ਸਜਾਇਆ ਜਾਂਦਾ ਸੀ, ਉਹਦੇ 'ਤੇ ਫਿਰ ਰਾਜਾ ਆਣ ਕੇ ਸੌਂਦਾ ਹੁੰਦਾ ਸੀ ਰਾਤ ਨੂੰ। ਇੱਕ ਦਿਨ ਉਸ ਨੌਕਰ ਰਾਣੀ ਦੀ ਵਾਰੀ ਆ ਗਈ ਜਿਹਨੂੰ ਪਰਮਾਤਮਾ ਨੇ ਅੱਖੀਆਂ ਦਿੱਤੀਆਂ ਸਨ। ਹੁਣ ਉਹਦੀ ਵਾਰੀ ਆ ਗਈ ਤੇ ਲੱਗੀ ਅੱਜ ਉਹ ਵੀ ਸੇਸ ਨਾਲ ਰਾਜੇ ਦੀ, ਕਿਉਂਕਿ ਹੁਕਮ ਮੰਨਣਾ ਸੀ। ਸਵਾ ਮਨ ਫੁੱਲ ਮੰਗਾਏ ਗਏ, ਉਹਨੂੰ ਸਜਾਇਆ ਗਿਆ। ਬੜੀ ਗਰੀਬੜੀ ਸੀ ਆਪਣੇ ਘਰੋਂ, ਪਰ ਜਦੋਂ ਉਹਨੇ ਸੇਸ ਸਜਾਈ ਉਹਨੇ ਸਜਾਈ, ਉਹਦੇ 'ਤੇ ਤਰ੍ਹਾਂ ਤਰ੍ਹਾਂ ਦੇ ਬਰੀਤਰ ਪਾਏ ਨੇ, ਬੜਾ ਸੁਗੰਧਿਤ ਕੀਤਾ ਉਸ ਸੇਜ ਨੂੰ। ਇਹ ਮਨ ਹੁਣ ਖੁਸ਼ਾਲੇ ਮਾਰਨ ਡਿਆ ਵੀ ਮਰਾ ਬਈ, ਤੇਰੇ ਕੋਲ ਤਾਂ ਘਰ ਵਿੱਚ ਮੰਜੀ ਵੀ ਸੌਣ ਵਾਸਤੇ ਹੈ ਨਹੀਂ, ਤੇ ਤੂੰ ਰਾਜੇ ਵਾਸਤੇ ਜਿਹੜੀਆਂ ਸੇਜਾਂ ਸਜਾਉਣ ਦੀਆਂ ਇੱਟੀਆਂ ਵਧੀਆ, ਜਰਾ ਅੱਜ ਤੂੰ ਇਹਦਾ ਸਵਾਦ ਲੈ ਕੇ ਦੇਖਾਂ ਵੀ ਕਿੰਨਾ ਆਨੰਦ ਹੁੰਦਾ ਇੱਥੇ। ਮਨ ਜਿਸ ਤਰ੍ਹਾਂ ਦੀਆਂ ਹੁਣ ਕਲਪਨਾਵਾਂ ਆ ਗਈਆਂ, ਤੇ ਕਰਦੇ ਕਰਦੇ ਕੀ ਕੀਤਾ, ਸੌ ਗਈ ਉੱਥੇ ਸੇਜ ਦੇ ਉੱਤੇ। ਸੌ ਗਈ ਤੇ ਬੜਾ ਆਨੰਦ ਆਇਆ, ਗੂੜੀ ਨੀਂਦਰ ਸੌ ਗਈ, ਪਤਾ ਨਹੀਂ ਲੱਗਾ। 2 ਘੰਟੇ ਸੁੱਤੀ ਰਹੀ ਉੱਥੇ, ਪਹਿਲੇ ਚਿਰ 'ਚ ਰਾਜਾ ਆ ਗਿਆ ਜਿਹੜਾ ਦੁਰਾਚਾਰੀ ਸੀ, ਨਾਲੇ ਦੁਰਾਚਾਰੀ ਤੇ ਨਾਲੇ ਨਸ਼ਿਆਂ ਦਾ ਆਦੀ। ਉਹਨੇ ਜਦੋਂ ਵੇਖਿਆ ਆਣ ਕੇ ਬਈ ਮੇਰੀ ਸਜਾਈ ਹੋਈ ਸੇਜ ਜਿੱਥੇ ਮੈਂ ਸੌਣਾ, ਨੌਕਰਾਣੀ ਸੁੱਤੀ ਹੋਈ ਹੈ, ਬਸ ਜਿਹੜੀ ਵੀ ਚੀਜ਼ ਉਹਦੇ ਹੱਥ ਚ ਆਈ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬੜਾ ਮਾਰਿਆ ਨੌਕਰਾਣੀ ਨੂੰ ਉੱਥੇ ਮਾਰਿਆ, ਤੇ ਫਿਰ ਵਿਚਾਰੀ ਰੋਈ, ਬੜਾ ਰੋਈ। ਤੇ ਜਦੋਂ ਰਾਜੇ ਨੇ ਮਾਰ ਕੇ ਉਹਨੂੰ ਹੱਟਿਆ, ਤੇ ਫਿਰ ਹੱਸਣ ਵੀ ਲੱਗ ਪਈ ਹੈ। ਹੁਣ ਰਾਜਾ ਬੜਾ ਚੱਕਰਾਂ 'ਚ ਪੈ ਗਿਆ, ਕਹਿੰਦਾ ਬਈ ਤੂੰ ਪਹਿਲਾਂ ਤੇ ਮਾਰ ਖਾ ਕੇ ਰੋਣ ਰਹੀ ਸੈ, ਤੇ ਹੁਣ ਤੂੰ ਹੱਸਣ ਰਹੀ ਹੈ, ਮੈਨੂੰ ਸਮਝ ਨਹੀਂ ਲੱਗੀ ਤੇਰੀ ਇਹ ਕੀ ਭਾਣਾ ਹੈ। ਦਾਦਾ ਸੀ ਜਿਹਨੂੰ ਪਰਮਾਤਮਾ ਨੇ ਅੱਖਾਂ ਦਿੱਤੀਆਂ ਹੋਈਆਂ ਸਨ,
ਉਹਨੇ ਆਖਿਆ ਕਿ ਰਾਜਾ ਇੱਕ ਵਾਰੀ ਤੂੰ ਮੈਨੂੰ ਪੁੱਛ ਲੈ ਲੈਂਦਾ ਕਿ ਮੈਂ ਕਿਉਂ ਸੀ ਮੇਰਾ ਇੱਥੇ ਚਲੋ ਨਹੀਂ ਪੁੱਛਿਆ ਤੇ ਕੋਈ ਗੱਲ ਨਹੀਂ ਪਰ ਪਰਮਾਤਮਾ ਜੋ ਵੀ ਮੇਰੇ ਨਾਲ ਕਰ ਰਿਹਾ ਚੰਗਾ ਹੀ ਕਰ ਰਿਹਾ ਇਹ ਅੱਜ ਮੇਰੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਕਿਉਂਕਿ ਮੈਂ ਆਪਣੀਆਂ ਮਰਿਆਦਾ ਦੀ ਉਲੰਘਣਾ ਕੀਤੀ ਹੈ ਅਤੇ ਉਹ ਕਿਸ ਤਰ੍ਹਾਂ ਬਈ ਮੈਂ ਅੱਜ ਤੁਹਾਡੇ ਪੁੱਛੇ ਬਿਨਾਂ ਇੱਥੇ ਸੌ ਰਹੀ ਹਾਂ ਅੱਜ ਦੋ ਘੰਟੇ ਮੈਂ ਸੁਣਦੀ ਹਾਂ ਤੇ ਮੇਰਾ ਆਹ ਹਾਲ ਹੋ ਗਿਆ ਮਾਰ ਮਾਰ ਕੇ ਤੁਸੀਂ ਸੁਣ ਦਿੱਤਾ ਹੁਣ ਰਾਜੇ ਨੂੰ ਗਿਆਨ ਦਿੰਦੇ ਕਹਿੰਦੀ ਰਾਜਾ ਤੂੰ ਤੇ ਇੱਥੇ ਕਈ ਸਾਲਾਂ ਤੋਂ ਸੌਣ ਲਿਆ ਇੰਨੀ ਗਫਲਤ ਕਰ ਲਿਆ ਪ੍ਰਜਾ ਦੇ ਉੱਤੇ ਇੰਨਾ ਪ੍ਰਜਾ ਨੂੰ ਸਤਾਉਣ ਲਿਆ ਦੁਰਾਚਾਰ ਕਰੀ ਲਿਆ ਤੇ ਆਣ ਕੇ ਇਸ ਮੁੱਲਾ ਦੀ ਸ਼ੇਰ ਤੇ ਸੌਣ ਲਿਆ ਤੇਰਾ ਕੀ ਹਾਲ ਹੋਏਗਾ ਐਸਾ ਸਮਝਾਇਆ ਕਹਿੰਦੇ ਨੇ ਸੋ ਜਿਹੜੇ ਗੁਰਮੁਖ ਸੁਭਾਅ ਵਾਲੇ ਨੇ ਅੱਜ ਮੈਂ ਉਹਨਾਂ ਦਾ ਵੀ ਥੋੜ੍ਹਾ ਜਿਹਾ ਪ੍ਰਮਾਣ ਦੇ ਰਿਹਾ
ਮੈਂ ਕਿਸ ਤਰ੍ਹਾਂ ਦਾ ਗੁਰੂ ਸੁਭਾਅ ਦਾ ਜਿਹੜਾ ਇਨਸਾਨ ਹੁੰਦਾ ਹੈ ਔਰ ਮਾਨਸਾ ਦੇ ਕੋਲ ਪੰਜਾਬ ਦੇ ਵਿੱਚ ਇੱਕ ਖਾਰਾ ਪਰਵਾਲਾ ਪਿੰਡ ਹੈਗਾ ਅੱਜ ਜਿਨ੍ਹਾਂ ਦੇ ਲਈ ਅਸੀਂ ਇਕੱਠੇ ਹੋਏ ਹਾਂ ਉਹ ਨੇ ਸੰਤ ਜਸਵੰਤ ਸਿੰਘ ਜੀ ਆਲੇ ਵਾਲੇ ਜਿਨ੍ਹਾਂ ਦਾ ਗੁਰਮੁਖ ਜੀਵਨ ਬਤੀਤ ਕੀਤਾ ਹੈ ਉਹਨਾਂ ਨੇ ਗੁਰਮੁਖੀ ਸੁਭਾਅ ਗੁਰਮੁਖ ਦੇ ਅਨੁਸਾਰ ਐਸੇ ਹੀ ਸਨ ਖਾਰਾ ਪਰਵਾਲਾ ਪਿੰਡ ਹੈਗਾ ਮਾਨਸਾ ਦੇ ਕੋਲ ਇੱਥੋਂ ਦੇ ਸਾਰੇ ਲਾਲ ਸਿੰਘ ਜੀ ਕੌਣ ਸਨ ਲਾਲ ਸਿੰਘ ਜੀ ਅੱਜ ਕੱਲ੍ਹ ਸਤਿਗੁਰਾਂ ਦੇ ਜਿਹੜੇ ਸ਼੍ਰੋਮਣੀ ਕਥੇਦਾਰ ਕਥਾਦਾਰ ਜਿਹੜੇ ਬਣੇ ਹੋਏ ਸੀ ਨਾ ਕਥਾਕਾਰ ਸੰਤ ਨਿਸ਼ਾਨ ਸਿੰਘ ਜੀ ਭੈਣ ਸਾਹਿਬ ਵਾਲੇ ਉਹਨਾਂ ਦਾ ਇੱਕ ਸ਼ਗਿਰਦ ਹੈਗਾ ਜਸਵੰਤ ਸਿੰਘ ਮਸਤ ਉਸ ਜਸਵੰਤ ਸਿੰਘ ਮਸਤ ਦੇ ਦਾਦਾ ਜੀ ਸਨ ਲਾਲ ਸਿੰਘ ਜੀ ਜਿਹੜੇ ਖਾਰਾ ਪਰਿਵਾਰ ਮੰਡਲੀ ਜਿਵੇਂ ਮੈਂ ਆਪ ਦੇ ਸਾਹਮਣੇ ਪ੍ਰਮਾਣ ਦੇ ਲੱਗਾ ਇਹਨਾਂ ਦਾ ਜੀਵਨ 15 ਸਾਲ ਦਾ ਜਿਹੜਾ ਉਹ ਗੁਰਮੁਖ ਅਨੁਸਾਰ ਨਹੀਂ ਚੱਲਿਆ ਜਦੋਂ ਬਚਪਨ ਜਿਹੜਾ ਇਸ ਤਰ੍ਹਾਂ ਦਾ ਨਿਕਲ ਗਿਆ ਇਹਨਾਂ ਦੀ ਇੱਕ ਭੈਣ ਲਾਗੇ ਦੇ ਪਿੰਡ ਦੀ ਵਿਆਹੀ ਹੋਈ ਸੀ ਸਨ 47 ਦੇ ਵਿੱਚ ਇਹਨਾਂ ਦਾ ਭਰਵਈਆ ਜਿਹੜਾ ਉਹ ਚੜ੍ਹਾਈ ਕਰ ਗਿਆ ਸੀ ਉਹ ਜਿਹੜਾ ਘੱਲੂਗਾਰਾ ਉਹ ਵਰਤਿਆ ਹੁਣ ਲਾਲ ਸਿੰਘ ਹੋਰਾਂ ਨੇ ਸੋਚਿਆ ਕਿ ਚਲੋ ਉੱਥੇ ਭੈਣ ਨਹੀਂ ਕੱਢੀ ਰਹਿੰਦੀ ਹੈ ਤੇ ਮੈਂ ਵੀ ਇੱਥੇ ਇਕੱਲਾ ਹੀ ਹਾਂ ਤੇ ਚਲੋ ਮੈਂ ਭੈਣ ਦੇ ਕੋਲ ਹੀ ਚੱਲਣਾ ਇਹ ਆਪਣੀ ਭੈਣ ਦੇ ਕੋਲ ਆ ਗਏ ਨੇ ਕਹਿੰਦੇ ਨੇ ਵੀ 10 ਸਾਲ ਇਹਨਾਂ ਨੇ ਆਪਣੀ ਭੈਣ ਦੇ ਕੋਲ ਗੁਜ਼ਾਰੇ ਨੇ ਉਹਨਾਂ ਸਮਿਆਂ ਦੇ ਜਦ ਦੀ ਜਵਾਨੀ ਸੀ ਉਦੋਂ ਕੁਦਰਤੀ ਇਸ ਪਿੰਡ ਦੇ ਵਿੱਚ ਕੁਝ ਨਾਮਧਾਰੀ ਸਿੰਘਾਂ ਦਾ ਵੀ ਘਰ ਸੀ ਤੇ ਜਿੱਥੇ ਨਾਮਧਾਰੀ ਪਰਿਵਾਰ ਰਹਿੰਦੇ ਹੋਣ ਤੇ ਉੱਥੇ ਅਕਸਰ ਭਜਨ ਬੰਦਗੀ ਤੇ ਕੀਰਤਨ ਇਹ ਤੇ ਜ਼ਰੂਰੀ ਹੈ ਗੁਰਮੁਖ ਮਰਿਆਦਾ ਚ ਹੋਈ ਸਾਡੀ ਉਹਨਾਂ ਸਮਿਆਂ ਦੀ ਗੱਲ ਹੈ ਇਹਨਾਂ ਪਰਿਵਾਰਾਂ ਨੇ ਇੱਕ ਜਥੇਦਾਰ ਸੁੰਦਰ ਸਿੰਘ ਜੀ ਹੋਇਆ ਕਰਦੇ ਸਨ ਉਹਨਾਂ ਦੇ ਸਮੇਂ ਉਹ ਇੱਥੇ ਆਏ ਇਹਨਾਂ ਦੇ ਕੋਲ ਪਰਿਵਾਰ ਚ ਆ ਕੇ ਪਿੰਡ ਚ ਉਹਨਾਂ ਨੇ ਨਾ ਸਵੇਰ ਦੁਪਹਿਰ ਸ਼ਾਮ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਬੜਾ ਰੰਗ ਵੱਜਿਆ ਸੰਗਤਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਇਹ ਲਾਲ ਸਿੰਘ ਜਿਹੜਾ ਸੀ ਇਹਨੂੰ ਵੀ ਪਤਾ ਲੱਗਾ ਤੇ ਇਹਦੀ ਭੈਣ ਨੇ ਆਖਿਆ ਵੀ ਇਸ ਤਰ੍ਹਾਂ ਨਾਮਧਾਰੀ ਜਿਹੜੇ ਕੋਕੇ ਨੇ ਉਹਨਾਂ ਦੇ ਦੀਵਾਨ ਲੱਗਾ ਹੋਇਆ ਤੇ ਜਦ ਉਹ ਵੀ ਵੇਖਣਾ ਜਾ ਕੇ ਕੀ ਕਰਦੇ ਨੇ ਪਰ ਇਹ ਤਾਂ ਇਹਨਾਂ ਚੀਜ਼ਾਂ ਤੋਂ ਬਹੁਤ ਮਸੂਮ ਹੋਰ ਸੀ ਕਹਿੰਦਾ ਮੈਂ ਨਹੀਂ ਜਾਣਾ ਮੈਂ ਕਰਨਾ ਕੁੱਕਿਆਂ ਦਾ ਦੀਵਾਨ ਵੇਖ ਕੇ ਚਲੋ ਜੀ ਇਹਨੇ ਗੱਲ ਡਾਲ ਦਿੱਤੀ ਉਹਨਾਂ ਸਮਿਆਂ 'ਚ ਉਹ ਜਥੇਦਾਰ ਜਿਹੜੇ ਸੰਤ ਸੁੰਦਰ ਸਿੰਘ ਜੀ ਮਹਾਰਾਜ ਜੰਗ ਸਿੰਘ ਦੇ ਵਰਸਾਏ ਹੋਏ ਜਥੇਦਾਰ ਸਨ ਉਹ ਹੱਥਾਂ ਉੱਥੇ ਉਹਨਾਂ ਨੇ ਦੀਵਾਨ ਲਾਇਆ ਲਗਾਤਾਰ ਪਹਿਲੇ ਦਿਨ ਦੂਸਰੇ ਦਿਨ ਤੀਸਰੇ ਦਿਨ ਉਹ ਕਰਦੇ ਕਰਦੇ ਨਾ ਇੱਕ ਦਿਨ ਲਾਲ ਸਿੰਘ ਦਾ ਜੀ ਕਰ ਹੀ ਪਿਆ ਵੀ ਚੱਲ ਮੈਂ ਵੇਖਾਂ ਤੇ ਸਹੀ ਜਾ ਕੇ ਵੀ ਇਹ ਕਰਦੇ ਕੀ ਨੇ ਹੁਣ ਜਿੱਥੇ ਦੀਵਾਨ ਲੱਗਾ ਹੋਇਆ ਸੀ ਨਾ ਇਹ ਨਹੀਂ ਕੀਤਾ ਵੀ ਬਾਹਰ ਜਾ ਕੇ ਖੜਾ ਹੋ ਗਿਆ ਅੰਦਰ ਨਹੀਂ ਗਿਆ ਦੀਵਾਨ ਦੇ ਵਿੱਚ ਬਾਹਰ ਖੜਾ ਹੋ ਗਿਆ ਉੱਥੇ ਸੁਣਦਾ ਰਿਹਾ ਆ ਗਿਆ ਵਾਪਸ ਆ ਗਿਆ ਸੁਣ ਕੇ ਦੂਜੇ ਦਿਨ ਫਿਰ ਗਿਆ ਉਸੇ ਤਰ੍ਹਾਂ ਪ੍ਰਵਾਹ ਚੱਲ ਰਿਹਾ ਸੀ ਕੀਰਤਨ ਦਾ ਹੁਣ ਜਥੇਦਾਰ ਜਿਹੜੇ ਸੁੰਦਰ ਸਿੰਘ ਸਨ ਉਹਨਾਂ ਨੇ ਵੇਖ ਲਿਆ ਕਿ ਬਾਹਰ ਇੱਕ ਸਿੰਘ ਆਉਂਦਾ ਹੈ ਵੀ ਉਹ ਨਵਾਂ ਪਿੰਡ 'ਚ ਹਰ ਦੂਜੇ ਤੀਜੇ ਦਿਨ ਆਉਂਦਿਆ ਤੇ ਫਿਰ ਵਾਪਸ ਚਲਾ ਜਾਂਦਾ ਹੈ ਇਹਨਾਂ ਨੇ ਆਪਣੇ ਚੇਲਿਆਂ ਨੂੰ ਆਖਿਆ ਵੀ ਜਾਓ ਇਹਨੂੰ ਫੜ ਕੇ ਅੰਦਰ ਲਿਆਓ ਤੁਸੀਂ ਉਸ ਲਾਲ ਸਿੰਘ ਨੂੰ ਇਹਨਾਂ ਨੇ ਫੜ ਕੇ ਅੰਦਰ ਲੈ ਦਿੱਤਾ ਆਖਿਆ ਵੀ ਭਰਿਆ ਮਾਨ ਸਾਹਿਬ ਕਿਵੇਂ ਆਇਆ ਇੱਥੇ ਆਪਣੇ ਪਰਿਵਾਰ ਦਾ ਵੇਰਵਾ ਨੇ ਦੱਸਿਆ ਕਹਿੰਦੇ ਚਲੋ ਆ ਗਿਆ ਨਾ ਹੁਣ ਇਹ ਸਤਸੰਗ ਕਿਉਂ ਆ ਗਿਆ ਹੈ ਇਹ ਉਹ ਗੁਰੂ ਨਾਨਕ ਦਾ ਘਰ ਹੈ ਜਿੱਥੇ ਜੋ ਅੱਖਰਾਂ ਨਾਮ ਲੈ ਕੇ ਤੇ ਸਾਰੇ ਆਪਣਾ ਜੀਵਨ ਸਫਰ ਕਰਦੇ ਨੇ ਤੂੰ ਆਇਆ ਤੂੰ ਵੀ ਹੁਣ ਇੱਥੇ ਜੋ ਅੱਖਰਾਂ ਨਾਮ ਲੈ ਲੈ ਕਹਿੰਦਾ ਨਹੀਂ ਜੀ ਮੈਂ ਵੀ ਨਾਮ ਲੈਣਾ ਅਜੇ ਜਿਹੜਾ ਉਹ ਕੋਰਪਲਾ ਕਰਮ ਸੀ ਉਹ ਪ੍ਰਬਲ ਨਹੀਂ ਸੀ ਹੋਇਆ ਕਹਿੰਦਾ ਮੈਂ ਵੀ ਨਾਮ ਲੈਣਾ ਜੀ
ਜਦੋਂ ਜੀ ਉਸੇ ਤਰ੍ਹਾਂ ਹੀ ਫਿਰ ਘਰ ਚਲਾ ਗਿਆ। ਉਹ ਸੰਤ ਜਿਹੜੇ ਸਨ ਹਾਲਤਾਂ ਪਵਾਉਣ ਲੱਗ ਗਏ ਤੇ ਉਹ ਵੀ ਆ ਗਏ ਆਪਣੇ ਘਰ। ਸਮਾਂ ਬਦਲਦਾ ਗਿਆ, ਅੱਗੇ ਵਧਿਆ, ਕਿਉਂਕਿ ਇਹ 10 ਸਾਲ ਉੱਥੇ ਰਹੇ ਸਨ। ਹੋਇਆ ਕਿ ਇੱਕ ਦਿਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਦੌਰਾ ਇਸ ਪਿੰਡ ਵਿੱਚ ਬਣ ਗਿਆ। ਦੌਰਾ ਬਣ ਗਿਆ ਤੇ ਹੁਣ ਸਤਿਗੁਰੂ ਜਿੱਥੇ ਆ ਜਾਣ ਤੇ ਫਿਰ ਉੱਥੇ ਜੰਗਲ 'ਚ ਮੰਗਲ ਬਣ ਜਾਂਦਾ। ਆਪ ਸਭ ਜਾਣਦੇ ਇਸ ਤਰ੍ਹਾਂ ਬਾਬਾ ਰੌਣਕਾਂ ਬਣ ਗਈਆਂ, ਕੀਰਤਨ ਹੋਣੇ ਸ਼ੁਰੂ ਹੋ ਗਏ। ਸਭ ਦਾ ਹੁਮ ਹੁਮ ਆ ਕੇ ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ। ਹੁਣ ਇਹਨੂੰ ਵੀ ਫਿਰ ਲਾਲ ਸਾਹਿਬ ਬੜੀ ਭੈਣ ਨੇ ਆਖਿਆ ਵੀ ਜਾ, ਹੁਣ ਤੇ ਕੂਕਿਆਂ ਦਾ ਗੁਰੂ ਆਇਆ, ਜਾ ਕੇ ਕਰ ਰਿਹਾ ਤੂੰ ਦਰਸ਼ਨ ਕਰ ਰਿਹਾ, ਹੋ ਸਕਦਾ ਤੇਰਾ ਵੀ ਸਮਾਂ ਤੁਹਾਨੂੰ ਬਣ ਜਾਵੇ। ਜਦ ਥੋੜ੍ਹਾ ਜਿਹਾ ਬੀਜਣਾ ਉਹ ਲਾਲ ਸਿੰਘ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ। ਕਿਉਂਕਿ ਇੱਕ ਵਾਰੀ ਦੀਵਾਨ ਸੁਣਾਇਆ ਸੀ ਨਾ ਜਾ ਕੇ, ਇਹ ਪਹੁੰਚ ਗਿਆ ਸਤਿਗੁਰਾਂ ਦਾ ਜਿੱਥੇ ਕੀਰਤਨ ਹੋ ਗਿਆ ਸੀ, ਦਰਬਾਰ ਲੱਗਾ ਸੀ। ਹੁਣ ਜਾ ਕੇ ਮਿਲਦਾ, ਕਦੇ ਸਤਿਗੁਰਾਂ ਦੇ ਦਰਸ਼ਨ ਤਾਂ ਇਹਨੇ ਕੀਤੇ ਨਹੀਂ ਸਨ। ਵੀ ਸਤਿਗੁਰ ਕੀ ਹਸਤੀ ਹੁੰਦੀ ਹੈ, ਕੈਸਾ ਦਰਬਾਰ ਹੁੰਦਾ, ਕਿਸ ਤਰ੍ਹਾਂ ਦਾ ਸਤਿਗੁਰ ਹੁੰਦਾ। ਸਤਿਗੁਰ ਦੀ ਸਿਫਤ ਕੈਸੀ ਹੁੰਦੀ ਹੈ, ਕੈਸੇ ਸਨ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਸਾਡੇ ਸਿਰ ਦਾ ਕੱਦ ਕਾਠੀ ਸੀ ਉਹਨਾਂ ਦੀ, ਬੜਾ ਰੰਗੀਲਾ ਚਿਹਰਾ ਸੀ ਉਹਨਾਂ ਦਾ, ਚਿਹਰੇ ਤੇ ਨੂਰ। ਕਵੀ ਦੱਸਦਾ ਉਹਨਾਂ ਦੀ ਸਿਫਤ ਵਿੱਚ ਕਹਿੰਦਾ ਕਿ ਸਤਿਗੁਰ ਦਾ ਦਰਸ਼ਨ ਕੈਸਾ ਹੁੰਦਾ ਹੈ, ਮੁਖ ਬੜਾ ਆਗ ਜੈਸੇ ਸੁੰਦਰ ਗੁਲਾਬ ਹੈ, ਮੁਖ ਬੜਾ ਆਗ ਜੈਸੇ ਸੁੰਦਰ ਗੁਲਾਬ ਹੈ, ਸਰੀਰ ਖਾਸ ਭਾਗ ਜੀ ਕੋ ਆਪ ਨਿਰੰਕਾਰ ਹੈ, ਸੰਗਤ ਕੇ ਬੀਜ ਜੈਸੇ ਸੁੱਖ ਜੈਸੇ ਇਸ ਕੋਰ, ਤਾਰਿਆਂ ਕੇ ਬੀਜ ਜੈਸੇ ਸਸੀ ਦਾ ਆਕਾਰ ਹੈ। ਸੋਹਣੀ ਜੀਵਾ ਸੋਹਣੀ ਗ੍ਰੀਵਾਲਤੀ ਜੈਸੇ ਸਾਨੂੰ ਬਾਗ ਵਿੱਚ ਕਣਕ ਸਾ ਰੰਗ ਕੋਮਲ ਸੇ ਰੰਗ ਰੰਗ ਕਣਕ ਸਮਾਰ ਹੈ, ਕੱਟੇ ਜਾਂਦੇ ਰੋਗ ਨਹੀਂ ਜਨਮਾਂ ਦੇ ਕਵੀ ਸਿੰਘਾ, ਜਿਹੜਾ ਨੈਣੀ ਦੇ ਕੇ ਇੱਕ ਵਾਰ ਹੀ ਨਿਹਾਲ ਹੈ। ਇੱਕ ਵਾਰੀ ਜਿਹੜਾ ਦਰਸ਼ਨ ਕਰ ਲੈਂਦਾ ਇਹ ਸਤਿਗੁਰੂ ਪ੍ਰਤਾਪ ਸਿੰਘ ਦਾ, ਫਿਰ ਉੱਥੋਂ ਜੋ ਕੋਈ ਰਹਿ ਜਾਂਦਾ ਸੀ। ਇਤਿਹਾਸ 'ਚ ਐਸੇ ਬੜੇ ਬੜੇ ਪ੍ਰਮਾਣ ਆਏ ਹੋਏ ਨੇ। ਸੋ ਇਹਨੂੰ ਵੀ ਲਾਲ ਸਾਹਿਬ ਬਣੀ ਤੇ ਜਾ ਕੇ ਉੱਥੇ ਖੜਾ ਹੋ ਗਿਆ। ਸੰਗਤ ਦਰਸ਼ਨ ਕਰਨ ਲਈ ਸੀ ਤੇ ਇਹਦਾ ਵੀ ਜੀ ਕੀਤਾ ਵੀ ਮੈਂ ਵੀ ਹੁਣ ਲੈਣ 'ਚ ਲੱਗ ਜਾ ਦਰਸ਼ਨ ਕਰਾਂ। ਅੱਜ ਜਦੋਂ ਕਰਦਾ ਕਰਦਾ ਇਹਦਾ ਨੰਬਰ ਆਇਆ ਦਰਸ਼ਨ ਕਰਦਾ, ਤੇ ਜਾ ਕੇ ਤੇ ਹੱਥ ਜੋੜ ਕੇ ਖੜਾ ਹੋ ਗਿਆ, ਮੱਥਾ ਨਹੀਂ ਟੇਕਿਆ ਉੱਥੇ ਜਾ ਕੇ। ਫਿਰ ਹਜੇ ਕਰਮਾਂ 'ਚ ਫਰਕ ਪੈ ਗਿਆ। ਕਰਮ ਜਿਹੜੇ ਨੇ ਐਵੀ ਨਹੀਂ ਜੇ ਜਾਗਦੇ। ਸਤਿਗੁਰੂ ਜੀ ਦੱਸ ਰਹੇ ਨੇ ਵੀ ਜਿੰਨੀ ਦੇਰ ਭਾਵਨਾ ਨਾਲ ਬਣੇ ਓਨੀ ਦੇਰ ਕਰਮ ਨਹੀਂ ਜੇ ਜਾਗਦਾ ਕਿਸੇ ਦਾ। ਉਹ ਜੀ ਸਤਿਗੁਰ ਦੇ ਦਰ ਦੇ ਉੱਤੇ ਸਰਦਾ ਨਾਲ ਜਾਈਦਾ,
जागया नहीं तो फिर सुख नहीं मर सकता, समझ नहीं मर सकता। हम वेखो ना किन्ने जतन किए गए ने वास्ते लाल सिंह वास्ते, जो सतगुरु के सामने भी गया तो जाके हाथ जोर से खड़ा हो गया पर मथा नहीं टेकता। मन च बड़े खुशहाल होंगे ने Thank you.
मारी मत गई जिस तरह का गुरबाणी गुरमुख का
दर्जा लिखा उसे तरह का फिर जीवन बतीत किया। तो सतगुरु गुरबाणी चाहते हैं कहते हैं कि धन है उस जेड़े सतगुरु के हुक्म च रह के अपना जीवन सफल करते हैं। कहते हैं धन धन सो कर सिख पाई है जो सतगुरु चरणी जाए पाया। फिर अगे लिखते हैं कहते हैं धन धन सो कर सिख पाई है जिन हर नामा मुख राम पिया। जरा चरणी पिया सतगुरु के हुक्म के बिच रह के जीवन बताया फिर नाल भजन करता रहा है। ऐसे सतगुरु के सिख जड़े ने उन्होंने तो सतगुरु जी धन आते हैं गुरबाणी उन्होंने धन आती है। तो अज जिन्हों वास्ते असं कटे हुए हैं वो भी संत जसवंत सिंह जेड़े सन वो भी उन्होंने भी जीवन जोड़ा ऐसा देखा गया संसार के सवेरे सनी के असी स्नान करना भयपति करते रहे। मैं कई बार इन्होंने दर्शन किए ने आके संगत करने का मौका मिलया। सवेरे 5 बजे स्नान करके तो गुरबाणी दिया तो वार्तालाप शुरू हो जाता है। भाव आपस विचार बड़ा कराया करते सन क्योंकि ज्ञान बड़ा सी इन्हों सूझवान बड़े सन। फिर जे कारीगर रहे हैं तो कारीगर भी बड़े चंगे सोहना बंदा ने टाइम कटिया अपना शिखर तक गए ने अपनी कारीगरी को लैके बड़ा सोहना जीवन बतीत किया। उस तरह का जिस तरह एक गुरसिख जीवन बतीत करता है सतगुरों के हुक्म के बिच रह के उन्होंने मर्यादा को अपनाते हुए उन्होंने उपदेशों का पालन करते हुए संत जसवंत सिंह जी आले वाले अपना जीवन बतीत करके गए। कैसा सी परिवार इन्हों का ये रिखियां का परिवार है। संता सिंह जी रिखी इन्हों के व्डे जड़े सन उन्होंने भरा थले छोटा फिर बापू मंगल सिंह जिन्हें भला मानस कहते हैं सारे आप चंगी तरह जानते हो। सतगुरु जगजीत सिंह सच्चे पातशाह जी सतगुरु प्रताप सिंह सच्चे पातशाह जी बड़ी कृपा से उन्होंने इस पुत्र सन। इन्हों की दो भरा सन एक भैन सी। सन 47 जो उतो पाकिस्तान आए ने सब तो पहला ये फिर अमृतसर रहे ने राजा संसी जरा अजक नाम एयरपोर्ट बनया उसे कुछ समा इन्होंने बताया। मैं परिवारिक वेरवा थोड़ा जहा दे के फिर किमान जज होवगा। थोड़ा समा इन्होंने अमृतसर से बताया फिर फिरोजपुर आ गए ने कुछ समा कुछ उसे बताया फिर सस्से आ गए ने। जिन्ना भी ये समा इस 3-4 जगह ने बताया ये 3-4 साल के बीच बीच इन्होंने समा बताया क्योंकि सन 1950 के बीच फिर इतने फतेहाबाद आ गए सन। ज्यों फिर इतने रहे ने 70-72 साल हो गए मैं लगता है इतने बताया इन्होंने फिर इतने आके बड़ा वधिया जीवन बताया। आप सब जानते हो सारे ने चंगी तरह उन्होंने दर्शन किए। तो सतगुरु धन आते हैं इन्हों कहते हैं जिन्होंने भी ऐसा जीवन बताया सतगुरु के मर्यादा के बिच रह के उन्होंने हुक्मों के बिच रह के वो फिर सिख जड़े ने वो गुरसिख धन ने वो मर नहीं सकते कभी संसार के मरना तो जरा इन्हों सिखा वास्ते नहीं लिखा। मरते कौन ने क्योंकि संसार की एक भाषा है भाई कोई मर गया कोई चढ़ाई कर गया ये साढ़े अपने अपने भाषा अनुसार ये गल्ला बनिया ने। पर गुरबाणी इन्होंने नाल सहमत नहीं हुई अज तक। सतगुरु कहते हैं भी ये मर नहीं सकते जो सिख जिन्हों के अंदर राम वसदा मरते कहे ने। कबीर जी इस बात को दस रहे कहते हैं मर मर जाते जिन राम ना जाने जिन्होंने राम जाने मरते तो उन्होंने इस दुनिया जा के सतगुरु के सिख नहीं मर सकते कभी। मर मर जाते जिन राम ना जानिया ये हुण मनमुखा दी गल्लां ने ते गुरमुखा दी की गल्लां ने। सतगुरु नानक देव सच्चे पातशाह अपनी गुरबाणी फरमाउंदे ने जिहड़ा गुरमुख है वो मर नहीं सकता हमेशा इस संसार
बड़ी गलत भावना है फैलाई जाती है। गुरबाणी भी ये सहमत कहती भी खाली हाथ नहीं, इसे कुछ खटन आए से प्राणी तू आया लगा कि पकड़े सतमुख की चलती रह किस तरह कहोंगे फिर असं खाली हाथ आए हैं। लैके जाना है की लैके जाना है नाम धन खट के जाना है। तो जो नाम धन खट के गए ने तो फिर वो इतने भी उन्होंने जय जयकार होती है दरगाह के जय जयकार होती है। रे रे दरगाह कहे ना कहो आओ बैठ सब आदर दे उत्थे भी दरगाह के बैकुंठ के उन्होंने जय जयकार होती है। तो गुरबाणी भगत कबीर जी कहते हैं सतमूल क्या रोइए जो अपने ग्रह जाए हूँ जे सतान उन्होंने मगर की रोना है किसी ने क्योंकि वो तो अपने घर चले ने रोवो सागत बाबरे जो हाटे हाग बिकाए रोना तो वो मगरे जिन्हें जाके 84 की जोड़ पैना है भाव जरा जरा जाके बिकना उन्हें वो पास रोना बिकया है। संसार सतगुरु जगजीत सिंह सच्चे पातशाह जी उपदेश असं बड़ी बारी सुनया जो भी प्राणी कोई चढ़ाई करता है सच्चे पातशाह अपने मुखार में तो दस रहे कहते हैं वो पिछे कभी रोना नहीं चाहिए। जो तुम रोते हो तो सिर जरा उस प्राणी के उत्ते जाके डिगदा है तो फिर उन्होंने सूल चुनते हैं उन्होंने समय कभी भी सच्चे पातशाह समझते हैं कि रोना नहीं चाहिए क्योंकि गुरमुख गया होता है। सो ऐसे सन संत जसवंत सिंह जी आले बाले गुरमुख जीवन बतीत करके गए सतगुरां दे हुकम अनुसार बड़ा जीवन सफल कीता है। समय के अनुसार गलां करनियां पैंदियां जिहड़े गलां ते मुक गईआं सी जिहड़ियां मर्जी सिफतां कर गए। सो आओ अज जिस करके एकत्रता होई है भाव अज असीं इहनां नूं अंतम श्रद्धांजलि देनी है वो गुरबाणी रही असीं अंतम श्रद्धांजलि देंगे ते फिर सिमां ते जाके बोलांगे। साहेब श्याम जी
ਬਾਹਰ ਨਹੀਂ ਜਾਣਾ ਚਾਹੀਦਾ।